ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਚੋਰੀਆਂ ਦੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਲੋਕਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਮਕੂਰਪੁਰਾ ਦੇ ਅਧੀਨ ਪੈਂਦੀ ਪੁਲਿਸ ਚੌਕੀ ਗੁਰੂ ਤੇਗ ਬਹਾਦਰ ਨਗਰ ਦੀ ਪੁਲਿਸ ਨੇ ਮੁੱਖ ਵਿਅਕਤੀ ਦੀ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਦੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਉਹਨਾਂ ਦੇ ਕਾਗਜ਼ ਦੀ ਚੈਕਿੰਗ ਕੀਤੀ ਅਤੇ ਉਹ ਪੁਲਿਸ ਨੂੰ ਸਹੀ ਜਾਣਕਾਰੀ ਨਹੀਂ ਦੇ ਸਕੇ। ਇਸ ਦੇ ਬਾਅਦ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਇਹਨਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਕਰਕੇ ਲਿਆਏ ਸਨ ਜੋ ਕਿ ਅੱਗੇ ਵੇਚਣ ਲਈ ਜਾ ਰਹੇ ਸਨ। ਕੀ ਹੈ ਪੂਰਾ ਮਾਮਲਾ ਆਓ ਦੇਖਦੇ ਹਾਂ। ਤੁਸੀਂ ਫੜੇ ਮਾਨਯੋਗ ਸੀ ਪੀ ਸਾਹਿਬ, ਏ ਡੀ ਸੀ ਪੀ ਇਨਵੈਸਟੀਗੇਸ਼ਨ ਸਾਹਿਬ ਅਤੇ ਏ ਡੀ ਸੀ ਪੀ 3 ਸਾਹਿਬ, ਏ ਸੀ ਪੀ ਇਸ ਸਾਹਿਬ ਅਤੇ ਮੁੱਖ ਅਫਸਰ ਥਾਣਾ, ਅਤੇ ਇਹਨਾਂ ਦੀ ਹਦਾਇਤਾਂ ਅਨੁਸਾਰ ਸਪੈਸ਼ਲ ਨਾਕਾਬੰਦੀ ਕੀਤੀ ਗਈ। ਨਾਕਾਬੰਦੀ ਦੌਰਾਨ ਜਿਹੜੇ ਚੋਰ ਆ ਮੋਟਰਸਾਈਕਲ ਸਵਾਰ ਹੋ ਕੇ ਆ ਰਹੇ, ਜਿਨ੍ਹਾਂ ਨੂੰ ਮੌਕੇ 'ਤੇ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਦੌਰਾਨ ਇਹ ਜਿਹੜੇ ਚੋਰ ਆ ਪੱਕੇ ਆਦੀ ਆ, ਇਹਨਾਂ ਨੇ ਹੋਰ ਵੀ ਕਈ ਵਾਰਦਾਤਾਂ ਕੀਤੀਆਂ। ਇਹਨਾਂ ਤੋਂ ਅਸੀਂ 3 ਮੋਟਰਸਾਈਕਲ ਅਤੇ 3 ਐਕਟੋ ਬਰਾਮਦ ਕਰਕੇ, ਇਹਨਾਂ ਤੋਂ ਅਸੀਂ ਹੋਰ ਵੀ ਆਸ ਆ ਕਿ ਸਾਨੂੰ ਇਹਨਾਂ ਤੋਂ ਹੋਰ ਵੀ ਅਸੀਂ ਮੋਟਰਸਾਈਕਲ ਜੈਕਟੋ ਬਰਾਮਦ ਕਰ ਸਕਦੇ ਹਾਂ। ਇਹਨਾਂ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਤੁਰਤੀ ਸ਼ਾਮਲ ਵਿੱਚ ਲਿਆਂਦੀ ਗਈ ਆ। ਅਸੀਂ ਇਹਨਾਂ ਤੋਂ ਹੋਰ ਵੀ ਬਰਾਮਦੀ ਹੋਣ ਦਾ ਆਸ ਪਹਿਲਾਂ ਵੀ ਪਰਚੇ ਦਰਜ ਇਹਨਾਂ ਦੇ ਖਿਲਾਫ਼ ਹੋਰ ਵੀ ਮੁਕਦਮੇ ਦਰਜ ਆ। ਸਰ ਕਿੱਥੋਂ ਲਿਆਂਦੇ ਸੀ, ਕਿੱਥੋਂ ਵੇਚਦੇ ਸੀ? ਇਹ ਮਤਲਬ ਅਲੱਗ ਅਲੱਗ ਜਗ੍ਹਾ ਤੋਂ ਚੋਰੀ ਕਰਦੇ ਸੀ, ਅਲੱਗ ਅਲੱਗ ਸ਼ਹਿਰ ਤੋਂ ਜਾਂ ਸ਼ਹਿਰਾਂ ਚੋਰੀ ਕਰਕੇ ਅਤੇ ਪਿੰਡਾਂ ਥਾਵਾਂ 'ਚ ਵੇਚਦੇ। ਹੁਣ ਤੱਕ ਦੀ ਕੀ ਕਾਰਵਾਈ ਕੀਤੀ? ਹੁਣ ਅਸੀਂ ਇਹਨਾਂ ਦੇ ਖਿਲਾਫ਼ ਮੁਕਦਮਾ ਦਰਜ ਕਰਕੇ ਜਿਹੜਾ ਤੁਰਤੀ ਸ਼ਾਮਲ ਵਿੱਚ ਲਿਆਂਦੀ ਆ, ਅਤੇ ਇਹਨਾਂ ਕੋਲ ਅਸੀਂ 3 ਮੋਟਰਸਾਈਕਲ ਅਤੇ 3 ਐਕਟੋ ਬਰਾਮਦ ਕਰ ਚੁੱਕੇ ਹਾਂ, ਅਤੇ ਹੋਰ ਵੀ ਸਾਨੂੰ ਆਦਤ ਆਸ ਹੈ ਕਿ ਅਸੀਂ ਇਹਨਾਂ ਤੋਂ ਬਰਾਮਦ ਕਰ ਸਕਦੇ। ਜਲ ਸਪਲਾਈ ਦੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਵਿਭਾਗ ਦੀ ਮੰਤਰੀ ਮੈਡਮ ਰਜੀਆ ਸੁਲਤਾਨਾ ਦੀ ਰਿਹਾਇਸ਼ ਨੇੜੇ ਕੋਕਿਆਂ ਵਾਲੇ ਕਦਰ ਵਿਖੇ 7 ਅਪ੍ਰੈਲ ਨੂੰ ਆਪਣੀ ਮੰਗਾਂ ਸੰਬੰਧੀ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ, ਜਿਸ ਉਪਰੰਤ ਮੈਡਮ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ। ਗੱਲਬਾਤ ਦੇ ਦੌਰਾਨ ਚੰਦ ਸਿੰਘ ਚਾਂਗਲੀ ਜ਼ਿਲ੍ਹਾ ਪ੍ਰਧਾਨ, ਗੁਰਜੀਤ ਸਿੰਘ ਸੋਹੀ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਅਤੇ ਪਰਮਜੀਤ ਸਿੰਘ ਸੂਬਾ ਪ੍ਰੈਸ ਸਕੱਤਰ ਨੇ ਕਿਹਾ ਕਿ ਪਿਛਲੇ ਕਰੀਬ 2 ਸਾਲਾਂ ਤੋਂ ਉਹ ਆਪਣੀ ਹੱਕੀ ਮੰਗਾਂ ਲੈ ਕੇ ਮੈਡਮ ਰਜੀਆ ਅਤੇ ਹੋਰ ਵਿਭਾਗੀ ਅਧਿਕਾਰੀਆਂ ਨਾਲ ਰਾਬਤਾ ਕਰਦੇ ਆ ਰਹੇ ਨੇ ਅਤੇ ਮੈਡਮ ਵੱਲੋਂ ਉਹਨਾਂ ਦੀਆਂ ਮੰਗਾਂ ਮੰਨਣ ਦਾ ਐਲਾਨ ਵੀ ਕੀਤਾ ਜਾ ਚੁੱਕਾ ਹੈ, ਪਰ ਅਫਸੋਸ ਅੱਜ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ। ਮੈਂ ਗੁਰਜੀਤ ਸਿੰਘ ਸੋਹੀ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ, ਆਪ ਜੀ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਅਸੀਂ ਪਹਿਲਾਂ ਵੀ ਮੈਡਮ ਰਜੀਆ ਸੁਲਤਾਨਾ ਦੇ ਪਿੱਛੇ 2 ਸਾਲ ਤੋਂ ਅਸੀਂ ਇੱਥੇ ਰੈਲੀ ਕੀਤੀ ਸੀ। ਸਟੇਟ ਪੱਧਰ ਦੀ ਰੈਲੀ ਦੇ ਵਿੱਚ ਮੀਟਿੰਗ ਦਾ ਸਮਾਂ ਦਿੱਤਾ ਮੈਡਮ ਨੇ, ਉਹਦੇ ਵਿੱਚ ਸਾਡੇ ਕਾਫੀ ਮੰਗਾਂ 'ਤੇ ਸਰਕਾਰ ਵੱਲੋਂ ਸਹਿਮਤੀ ਦਿੱਤੀ ਗਈ, ਪਰ ਉਸ ਤੋਂ ਉਸੇ ਸਮੇਂ ਤੋਂ ਲੈ ਕੇ ਅੱਜ ਤੱਕ ਕੋਈ ਸਾਡੀਆਂ ਮੰਗਾਂ ਨੇ ਮੈਡਮ ਨੇ ਮੰਨਣ ਦੇ ਬਾਵਜੂਦ ਵੀ ਸਾਡੀਆਂ ਲਾਗੂ ਨਹੀਂ ਕੀਤੀਆਂ। ਹੁਣ ਅਸੀਂ ਜਿਹੜਾ ਸਟੇਟ ਵੱਲੋਂ ਸਾਡਾ ਸੰਘਰਸ਼ ਹੈ ਮਰੇਲਕੋਟਲੇ ਦੇ ਵਿੱਚ ਮੈਡਮ ਦੀ ਰਿਹਾਇਸ਼ ਅੱਗੇ ਅਸੀਂ ਕਰਨ ਜਾ ਰਹੇ ਹਾਂ, ਮੈਡਮ ਨੂੰ ਅਸੀਂ ਚੇਤਾਵਨੀ ਵੀ ਦਿੰਦੇ ਹਾਂ, ਬੇਨਤੀ ਵੀ ਕਰਦੇ ਹਾਂ ਵੀ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਜਾਂ ਤਾਂ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ, ਨਹੀਂ ਆਉਣ ਵਾਲੇ ਸਾਡੇ ਸੰਘਰਸ਼ ਲਈ ਤਿਆਰ ਰਹਿਣ, ਕਿਉਂਕਿ ਜਿਹੜਾ ਹੁਣ ਅਸੀਂ ਸੰਘਰਸ਼ ਕੀਤਾ ਜਾ ਰਿਹਾ ਹੈ, ਕਿੱਡਾ ਕੁ ਸੰਘਰਸ਼ ਹੋਊਗਾ? ਸੰਘਰਸ਼ ਅਸੀਂ ਪਹਿਲਾਂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦੱਸ ਕੇ ਹਟੇ ਨੇ ਕਿ ਕੂਕਿਆਂ ਵਾਲੇ ਕਲਰ 'ਚ ਜਿਹੜੀ ਅਸੀਂ ਰੋਸ ਰੈਲੀ ਹੈ ਕਰਨੀ ਹੈ, ਉਸ ਤੋਂ ਬਾਅਦ ਉਹਦੀ ਰਿਹਾਇਸ਼ ਵੱਲ ਰੋਸ ਮਾਰਚ ਕਰਨਾ। ਪੰਜਾਬ ਪੱਧਰ ਦੇ ਮੁਲਾਜ਼ਮਾਂ ਦੇ ਵਿੱਚ, ਖਾਸ ਕਰਕੇ ਸਾਡੇ ਮਹਿਕਮੇ ਦੇ ਵਿੱਚ ਇੰਨਾ ਰੋਸ ਹੈ ਮੁਲਾਜ਼ਮਾਂ ਦੇ ਵਿੱਚ ਕਿ ਅਸੀਂ ਇੰਨੇ ਦੁਖੀ ਵੀ ਹਾਂ ਕਿ ਅਸੀਂ ਹੋ ਸਕਦਾ ਮੌਕੇ 'ਤੇ ਕੋਈ ਵੀ ਇਹੋ ਜਿਹਾ ਐਲਾਨ ਸਟੇਟ ਵੱਲੋਂ ਹੋ ਸਕਦਾ ਵੀ ਜਿਹਦਾ ਉਹ ਲੰਮਾ ਸਮਾਂ ਵੀ ਚੱਲ ਸਕਦਾ, ਉਹ ਕੋਠੀ ਦਾ ਘਿਰਾਓ ਵੀ ਹੋ ਸਕਦਾ, ਉਹ ਮਰਨ ਵਰਤ ਵੀ ਹੋ ਸਕਦਾ, ਅਤੇ ਉਹ ਕੋਈ ਵੀ ਪ੍ਰੋਗਰਾਮ ਜਿਹੜਾ ਸਟੇਟ ਦਾ ਉਹ ਉਸੇ ਮੌਕੇ 'ਤੇ ਐਕਸ਼ਨ ਲਿਆ ਜਾਊਗਾ, ਤਾਂ ਕਿ ਜਿਹੜਾ ਹੈਗਾ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਮੈਡਮ ਵੱਲੋਂ ਪ੍ਰਵਾਨ ਕੀਤੇ ਜਾਣ। ਹਾਂਜੀ, ਕੀ ਨਾਮ ਜੀ ਤੁਹਾਡਾ? ਜੀ, ਮੈਂ ਚੰਦ ਸਿੰਘ ਚਾਂਗਲੀ, ਜਲ ਸਪਲਾਈ ਮਾਸਤਲਮ ਇੰਪਲਾਈ ਯੂਨੀਅਨ, ਜ਼ਿਲ੍ਹਾ ਪ੍ਰਧਾਨ ਸੰਗਰੂਰ। ਹਾਂਜੀ, ਕੀ ਅਗਲਾ ਪ੍ਰੋਗਰਾਮ ਅੜੀਕਿਆ ਤੁਹਾਨੂੰ? ਅਗਲਾ ਸਾਡਾ ਸਰ ਪ੍ਰੋਗਰਾਮ ਆ ਜਿਹੜਾ ਮੈਡਮ ਰਜੀਆ ਸੁਲਤਾਨਾ ਜੋ ਸਾਡੀ ਮਹਿਕਮੇ ਦੀ ਮੰਤਰੀ ਆ ਉਹਦੇ ਨਾਲ ਜਿਹੜੀਆਂ ਸਾਡੀਆਂ ਸਰਕਾਰ ਦੇ ਪ੍ਰਤੀ ਜਿਹੜੀਆਂ ਕਾਫੀ ਸਾਰੀ ਮੰਗਾਂ ਨੇ, ਜਿਵੇਂ ਮਹਿਕਮੇ ਦੇ ਵਿੱਚ ਜਿਹੜੇ ਡੇਲੀ ਵੇਜ ਮਸਤੌਲ ਅਤੇ ਠੇਕੇਦਾਰੀ ਅਧੀਨ ਕੰਮ ਕਰਦੇ ਨੇ ਕਾਫੀ ਸਮੇਂ ਤੋਂ ਬੰਦੇ, ਉਹਨਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ। ਫੀਲਡ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਕੋਈ ਪ੍ਰਮੋਸ਼ਨ ਨਾ ਹੋਣ ਕਰਕੇ ਨਾ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਅਤੇ ਨਾ ਹੀ ਉਹਨਾਂ ਨੂੰ ਜਿਹੜਾ ਟਾਈਮ ਸਕੇਲ ਆ ਉਹ ਟਾਈਮ ਸਕੇਲ ਦੀ ਜਿਹੜੀ ਸਾਡੀ ਮੰਗ ਆ ਅਸੀਂ ਮੇਨ ਅਸੀਂ ਉਹਨੂੰ ਲੈ ਕੇ ਚੱਲੇ ਹਾਂ ਵੀ ਜਿਵੇਂ ਦਫ਼ਤਰੀ ਬਾਬੂਆਂ ਨੂੰ ਜਿਵੇਂ ਇੱਕ JEE ਭਰਤੀ ਹੁੰਦਾ ਉਹ ਐਕਸ਼ਨ ਤੱਕ ਚੀਫ ਤੱਕ ਚਲਿਆ ਜਾਂਦਾ, ਸਾਡੇ ਮਹਿਕਮੇ ਜਿਹੜਾ ਬੰਦਾ ਫੀਲਡ ਦੇ ਵਿੱਚ ਪੰਪ ਆਪਰੇਟਰ ਆ ਜਾਂ ਮਾਲੀ ਕੰਮ ਚੌਂਕੀਦਾਰ ਆ ਉਹ ਫੀਲਡ ਦੀ ਪੋਸਟ 'ਤੇ ਉਸੇ ਪੋਸਟ 'ਤੇ ਹੀ ਕੰਮ ਕਰਕੇ 20 ਤੋਂ 22 ਸਾਲ ਰਿਟਾਇਰ ਹੋ ਕੇ ਚਲਿਆ ਜਾਂਦਾ ਔਰ ਉਹਨੂੰ ਕੋਈ ਪ੍ਰਮੋਸ਼ਨ ਨਹੀਂ ਮਿਲਦੀ। ਇਸ ਕਰਕੇ ਅਸੀਂ ਟਾਈਮ ਸਕੇਲ ਦੀ ਮੰਗ ਕਰਦੇ ਹਾਂ ਵੀ ਜੇਕਰ ਸਾਡੇ ਫੀਲਡ ਦੇ ਵਿੱਚ ਪ੍ਰਮੋਸ਼ਨ ਨਹੀਂ ਹੈਗੀ ਤਾਂ ਟਾਈਮ ਸਕੇਲ ਆ ਜਿਹੜਾ ਹਰੇਕ 2 ਸਾਲ ਬਾਅਦ 4 ਸਾਲ ਬਾਅਦ ਸਾਨੂੰ ਟਾਈਮ ਸਕੇਲ ਦਿੱਤਾ ਜਾਵੇ। ਇਸ ਤੋਂ ਇਲਾਵਾ ਵਿਭਾਗੀ ਕਾਫੀ ਸਾਰੀਆਂ ਮੰਗਾਂ ਨੇ ਜਿਵੇਂ ਡੈਥ ਕੇਸ 'ਤੇ ਜਿਹੜੇ ਬੰਦਿਆਂ ਦੀ ਮੁਲਾਜ਼ਮਾਂ ਦੀ ਡੈਥ ਹੋ ਗਈ ਉਹਨਾਂ ਨੂੰ ਗੌਰਮੈਂਟ ਆ ਜਿਹੜਾ ਜੁਆਇਨ ਨਹੀਂ ਕਰਵਾ ਰਹੀ ਕਾਫੀ ਦੇਰ ਤੋਂ ਆ ਜਿਹੜਾ ਇਹ ਮੰਗਾਂ ਨੇ ਜਿਹੜੀਆਂ ਸਾਡੀਆਂ ਜਿਵੇਂ ਵਾਟਰ ਸਪਲਾਈ ਸਕੀਮਾਂ ਨੇ ਉਹ ਪੰਚਾਇਤਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਧੱਕਿਆਂ ਦੇ ਨਾਲ ਦਿੱਤੀਆਂ ਜਾ ਰਹੀਆਂ ਨੇ ਜਦਕਿ ਪੰਚਾਇਤਾਂ ਤੋਂ ਉਹਨਾਂ ਪਹਿਲਾਂ ਲੰਮੇ ਸਮੇਂ ਤੋਂ ਜਿਹੜੀਆਂ ਉਹ ਵੀ ਨਹੀਂ ਚੱਲਦੀਆਂ ਅਤੇ ਹੁਣ ਵੀ ਜਿਹੜੀਆਂ ਮਹਿਕਮਾ ਦੇ ਰਿਹਾ ਧੱਕੇ ਨਾਲ ਉਹ ਚਲਾਉਣ ਨੂੰ ਤਿਆਰ ਨਹੀਂ। ਮੇਨ ਸਾਡਾ ਜਿਹੜਾ
ਉਪਰੰਤ ਅਸੀਂ ਤੁਹਾਡਾ ਪ੍ਰੋਗਰਾਮ ਲਿਖਿਆ ਕਿਹੜੀ ਜਗ੍ਹਾ ਤੇ ਲਿਖਿਆ ਜੀ ਕੀ ਜਿਹੜਾ 7 ਤਰੀਕ ਨੂੰ ਅਸੀਂ ਜਿਹੜਾ ਪੰਜਾਬ ਲੈਵਲ ਜਿਹੜੀ ਰੈਲੀ ਕਰਕੇ ਮੈਡਮ ਰਜ਼ੀਆ ਸੁਲਤਾਨਾ ਜਿਹੜਾ ਕੋਠੀ ਦਾ ਘਰਿਆ ਉਹ ਕਰਨਾ ਉਹ ਅਸੀਂ ਕੂਕੇ ਵਾਲੇ ਕਲਰ ਦੇ ਵਿੱਚ ਆ ਜਿਹੜਾ ਪਹਿਲਾਂ ਰੈਲੀ ਕਰਾਂਗੇ ਉਸ ਤੋਂ ਬਾਅਦ ਜਿਹੜੀ ਉਹਦੀ ਕੋਠੀ ਵੱਲ ਨੂੰ ਕੂਚ ਕਰਾਂਗੇ ਅਗਰ ਜੇਕਰ ਸਾਨੂੰ ਸਮਾਂ ਨਹੀਂ ਦਿੰਦੇ ਤਾਂ ਮੌਕੇ ਤੇ ਜਿਹੜੇ ਅਗਲੇ ਸੰਘਰਸ਼ ਦਾ ਜਿਹੜਾ ਐਲਾਨ ਕੀਤਾ ਜਾਊਗਾ ਇਹ ਸਾਡੀ ਜਿਹੜੀ ਰੂਪਰੇਖਾ ਅੱਜ ਦੀ ਅਸੀਂ ਤਿਆਰ ਕਰਨ ਦੇ ਲਈ ਜੋ 7 ਤਰੀਕ ਦਾ ਪ੍ਰੋਗਰਾਮ ਆ ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਜ਼ਿਲ੍ਹਾ ਕਮੇਟੀ ਦੀ ਜਿਹੜੀ ਇੱਥੇ ਮੀਟਿੰਗ ਬੁਲਾਈ ਆ ਜਿਹਦੇ ਵਿੱਚ ਸਾਡੇ ਸਾਰੇ ਬ੍ਰਾਂਚਾਂ ਦੇ ਪ੍ਰਧਾਨ ਸੈਕਟਰੀ ਔਰ ਅਹੁਦੇਦਾਰ ਸਾਰੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਨੇ ਜਿਹੜੇ ਉਹ ਹਾਜ਼ਰ ਹੋਏ ਨੇ ਅਸੀਂ ਉਹਦੀ ਤਿਆਰੀ ਵਜੋਂ ਆ ਜਿਹੜੀ ਅੱਜ ਇੱਥੇ ਮੀਟਿੰਗ ਰੱਖੀ ਸੀ। ਮੈਂ ਪਰਮਜੀਤ ਸਿੰਘ ਅਮਰਗੜ੍ਹ ਪ੍ਰੈਸ ਕੱਤਰ ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਾਸਟਰ ਇੰਪਲਾਈ ਯੂਨੀਅਨ ਦਾ ਪੰਜਾਬ ਦਾ ਪ੍ਰੈਸ ਕੱਤਰ ਆ ਅਤੇ ਅੱਜ ਅਸੀਂ ਮੈਡਮ ਰਜ਼ੀਆ ਸੁਲਤਾਨਾ ਦੇ ਜਿਹੜਾ 7 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਜਿਸ ਦੇ ਵਿੱਚ ਅਸੀਂ ਸਿਰਫ 2 ਮੰਗਾਂ ਲੈ ਕੇ ਚੱਲੇ ਹਾਂ। ਇੱਕ ਕੱਚੇ ਕਾਮਿਆਂ ਨੂੰ ਪੱਕਾ ਕਰਾਉਣਾ ਅਤੇ ਦੂਜਾ ਸਾਰੇ ਫੀਲਡ ਮੁਲਾਜ਼ਮਾਂ ਨੂੰ ਟਾਈਮ ਸਕੈਲ ਦੇਣਾ। ਇਹਦੇ ਲਈ ਜੇਕਰ ਸਾਨੂੰ 7 ਤਰੀਕ ਤੋਂ ਪਹਿਲਾਂ ਸਾਡੀ ਮੈਡਮ ਸਾਡੀ ਮੰਤਰੀ ਹੈ ਜਿਹੜੀ ਰਜ਼ੀਆ ਸੁਲਤਾਨਾ ਉਹਨੇ ਨਾ ਸਾਨੂੰ ਸਮਾਂ ਦਿੱਤਾ ਤਾਂ ਅਸੀਂ 7 ਤਰੀਕ ਨੂੰ ਵੱਡਾ ਪ੍ਰੋਗਰਾਮ ਕਰਕੇ ਉਹਦੀ ਕੋਠੀ ਦਾ ਜਿਹੜਾ ਘਰੋ ਕਰਾਂਗੇ ਜਿਸ ਦੀ ਜ਼ਿੰਮੇਵਾਰੀ ਸਾਰੀ ਪੰਜਾਬ ਸਰਕਾਰ ਦੀ ਹੋਊਗੀ। ਅਤੇ ਨਾਲ ਹੀ ਮੈਂ ਚੇਤਾਵਨੀ ਦੇਣੀ ਚਾਹੁੰਦਾ ਕਿ ਜੋ ਵੀ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਮੰਨਿਆ ਜਾਵੇ ਤਾਂ ਜੋ ਮੁਲਾਜ਼ਮਾਂ ਵਿੱਚ ਰੋਸ ਹੈ ਜਿਹੜਾ ਘੱਟ ਹੋ ਸਕੇ। ਧੰਨਵਾਦ ਜੀ। ਸੋ ਹੁਣ ਅੱਜ ਦੀਆਂ ਖਬਰਾਂ ਸਮਾਪਤ ਕਰਦੇ ਹਾਂ। ਧੰਨਵਾਦ।